ਕੀ ਨਾਮ ਹੈ ਜੀ? ਨਾਮ ਕੀ ਤੁਹਾਡਾ? ਮੇਰਾ ਰਾਜਨ ਸ਼ਰਮਾ ਰਾਜੂ। ਕੀ ਗੱਲਬਾਤ ਇੱਥੇ ਬੋਲੀ ਜੀ? ਵੀਰੇ ਮੈਂ ਮੁੰਡਾ ਜਿਹੜਾ ਮਨੂ ਆ ਜਿਹਦੇ ਗੋਲੀ ਲੱਗੀ ਆ ਉਹਨੂੰ ਮੈਂ ਬੁਲਾਇਆ ਸੀਗਾ। ਉਹਦੇ ਘਰ ਦਾ ਕੋਈ ਡਿਸਪਿਊਟ ਆ ਫੈਮਿਲੀ, ਉਹ ਮੈਨੂੰ ਹੀ ਥਾਣੇ ਲਿਜਾ ਰਹੇ ਆ ਸ਼ਿਮਲਾਪੁਰੀ ਥਾਣੇ। ਉਹਨਾਂ ਦਾ ਕੋਈ ਝਗੜਾ ਲੰਬਾ ਹੀ ਚੱਲਦਾ ਪਿਆ ਅਤੇ ਉਸੇ ਲਈ ਬੁਲਾਇਆ ਸੀ। ਉਹਦੇ ਭਰਾ ਨੇ ਮੈਨੂੰ ਫੋਨ ਕੀਤਾ ਸੀਗਾ ਅਤੇ ਮੈਂ ਕਿਹਾ ਉਰੇ ਭੇਜ ਦੇ ਉਹਨੂੰ, ਫੋਨ 'ਤੇ ਗੱਲ ਨਹੀਂ ਹੁੰਦੀ। ਅਤੇ ਉਹ ਆ ਮੈਂ ਉਹਨੂੰ ਬੁਲਾ ਲਿਆ, ਉਹ ਅੱਧੇ ਘੰਟੇ ਬਾਅਦ ਆਇਆ। ਅਸੀਂ ਤਾਂ ਚੱਲੇ ਸੀ, ਉਸ ਤੋਂ ਬਾਅਦ ਉਹ ਆ ਕੇ ਬੈਠਾ ਹੀ ਨਾਲ ਹੀ, ਪੰਜ ਛੇ ਜਣੇ ਅੰਦਰ ਵੜ ਗਏ। ਇਹਨਾਂ ਨੇ ਪਹਿਲਾਂ ਕਿਰਪਾਨ ਕੱਢੀ ਫਿਰ ਪਿਸਤੌਲ ਕੱਢ ਲਿਆ। ਮੁੰਡੇ ਵੀਰੇ ਹੁਣ ਇੱਥੇ ਮੁਹੱਲੇ ਦੇ ਹੀ ਆ, ਪੁਲਿਸ ਨੂੰ ਦੱਸਦੇ। ਹਾਂ ਹਾਂ ਮੁੰਡੇ ਪਤਾ, ਪੁਲਿਸ ਨੂੰ ਪਤਾ ਵਾ ਇਹ। ਮੈਨੂੰ ਤਾਂ ਇਸ ਮੈਟਰ ਪਤਾ ਹੀ ਨਹੀਂ ਕੀ ਹੈ। ਹਾਂਜੀ ਕਿੰਨੇ ਫਾਇਰ ਹੋਏ? ਦੋ ਤਿੰਨ ਹੋਏ ਫਾਇਰ। ਗੋਲੀ ਲੱਗੀ ਕਿਸੇ ਨੂੰ? ਗੋਲੀ ਹਾਂ ਮੁੰਡੇ ਦੇ ਪੇਟ 'ਚ ਲੱਗੀ ਗੋਲੀ, ਜਿਹੜਾ ਮਨੂ ਨਾਂ ਦਾ। ਹਾਂ ਉਹਦੇ ਸਿਰ 'ਚ ਕਿਰਪਾਨਾਂ ਵੀ ਮਾਰੀ। ਪਿਸਤੌਲ ਇੱਕ ਸੀ, ਦੋ ਸੀ ਉਹਨਾਂ ਕੋਲ? ਇੱਕ ਸੀ। ਇਹ ਜਿਹੜਾ ਮਨੂ ਨਾਂ ਦਾ ਸੱਚੀ ਇਕੱਲਾ ਸੀ? ਹਾਂ ਇਕੱਲਾ ਸੀ। ਉਹ ਪੰਜ ਜਣੇ ਸੀ? ਉਹ ਪੰਜ ਜਣੇ। ਠੀਕ ਹੈ। ਮੈਟਰ ਚੱਲਦਾ ਪਿਆ ਸ਼ਿਮਲਾਪੁਰੀ ਟਾਣੇ, ਉਹ ਦੋ ਚਾਰ ਵਾਰ ਮੈਨੂੰ ਹੀ ਲੈ ਕੇ ਗਏ ਆ ਅਤੇ ਉਹਦੇ ਬ੍ਰਦਰ ਦਾ ਫੋਨ ਆਇਆ ਕਿ ਭਾਅ ਜੀ ਸਮਝਾ ਦਿਉ, ਉਹਦੀ ਸਿਸਟਰ ਦਾ ਥੋੜ੍ਹਾ ਸੀਗਾ ਝਗੜਾ। ਅਤੇ ਉਸ ਚੱਕਰ 'ਚ ਮੈਂ ਕਿਹਾ ਯਾਰ ਗੱਲ ਕਰਾਉਣੀ ਆ ਨਾ ਅਤੇ ਮਤਲਬ ਉਹਨੂੰ ਮੇਰੇ ਕੋਲ ਭੇਜ ਦੇ, ਮੈਂ ਉਹਨੂੰ ਫੋਨ ਕਰ ਦਿੰਦਾ। ਮੈਂ ਫੋਨ ਕੀਤਾ ਅਤੇ ਅੱਧਾ ਘੰਟਾ ਆਇਆ ਨਹੀਂ। ਫਿਰ ਮੈਂ ਚੱਲਾ ਸੀ, ਮੈਂ ਕਿਹਾ ਯਾਰ ਰੋਟੀ ਖਾਣ ਚੱਲੀਏ, ਚੱਲ ਆ ਜਾਊਗਾ ਫਿਰ ਫੋਨ ਮਾਰ ਲੂਗਾ। ਅਤੇ ਉਸ ਤੋਂ ਬਾਅਦ ਉਹ ਅੰਦਰ ਵੜਿਆ ਹੀ ਆ ਹਾਲੇ। ਕਿੰਨੇ ਜਣੇ ਸੀਗੇ? ਚਾਰ ਪੰਜ ਜਣੇ ਹੋਊਗੇ, ਪਤਾ ਨਹੀਂ ਮੈਨੂੰ ਹੁਣ। ਮੈਂ ਤਾਂ ਬਚਾ ਚ ਹੀ ਰਿਹਾ। ਉਹਨਾਂ ਨੇ ਫਾਇਰ ਕੀਤੇ ਮੇਰੇ 'ਤੇ ਵੀ ਕੀਤਾ। ਹਾਂ ਪਹਿਲਾਂ ਉਹਨਾਂ ਨੇ ਕਿਰਪਾਨ ਕੱਢੀ, ਮੈਂ ਫੜ ਲਈ, ਫਿਰ ਉਹਨੇ ਪਿਸਤੌਲ ਕੱਢਿਆ, ਮੈਂ ਕਿਹਾ ਚਲਾਈ ਨਾ, ਫੜ ਲਿਆ। ਉਹਨੇ ਇੱਕ ਚਲਾ ਦਿੱਤਾ, ਉਹ ਬੱਜ ਗਿਆ, ਫਿਰ ਮੈਂ ਫੜਿਆ, ਮੇਰੇ 'ਤੇ ਹੋ ਗਿਆ ਸਿੱਧਾ, ਮੇਰੇ 'ਤੇ ਚਲਾਈ, ਮੈਂ ਫੜ ਲਈ ਪਿਸਤੌਲ। ਉਸ ਤੋਂ ਬਾਅਦ ਉਹਨੇ ਉਹ ਮੈਨੂੰ ਕਹਿੰਦਾ ਪਿੱਛੇ ਹਟ ਜਾ, ਤੇਰੇ ਵੀ ਗੋਲੀਆਂ ਮਾਰਾਂਗੇ। ਅਤੇ ਉਹਨੇ ਫਿਰ ਉਹਨਾਂ ਦੇ ਉਹਦੇ ਕਿਰਪਾਨਾਂ ਮਾਰੀ ਗਏ, ਉਹ ਮਨੂ ਮੁੰਡੇ ਦੇ। ਮੈਨੂੰ ਤਾਂ ਇਹੀ ਨਹੀਂ ਪਤਾ, ਰੌਲਾ ਪਾ ਰਹੇ ਸੀ ਕਿ ਤੂੰ ਸਾਡੇ ਤੇਰੇ ਭਰਾ ਨੇ ਸਾਡੇ ਨਾਲ ਇੱਦਾਂ ਕੀਤਾ ਜੀ। ਮੈਨੂੰ ਗੱਲ ਵੀ ਨਹੀਂ ਸਮਝ ਆਈ, ਪੰਜ ਸੱਤ ਮਿੰਟ 'ਚ ਹੀ ਆਪਣਾ ਫੈਸਲਾ ਨਹੀਂ। ਮੇਰਾ ਦਫ਼ਤਰ ਦੁਕਾਨ ਆ, ਫੈਸਲਾ ਕੋਈ ਨਹੀਂ ਸੀਗਾ, ਉਹ ਜਸਟ ਉਹਦੇ ਨਾਲ ਹੋਰ ਮੈਟਰ ਦੀ ਗੱਲ ਸੀ, ਉਹਦੇ ਨਾਲ ਹੋਰ ਘਰ ਦਾ ਉਹਦਾ ਕੰਮ ਸੀਗਾ, ਮੈਨੂੰ ਥੋੜ੍ਹੀ ਪਤਾ ਸੀਗਾ ਕੋਈ ਪਿੱਛੇ ਲੱਗਾ ਹੋਇਆ। ਇਹੀ ਸੀਗਾ। ਸੱਟਾਂ ਤਾਂ ਉਹਦੇ ਹੀ ਲੱਗੀ ਹੈ, ਮੇਰੇ ਤਾਂ ਮਾੜੀ ਮੋਟੀ ਲੱਗੀ ਹੈ ਜਿਹੜੀ। ਗੋਲੀ ਗੋਲੀ ਲੱਗੀ ਹੈ ਕਿਸੇ ਦੇ? ਉਹਦੇ ਲੱਗੀ ਹੈ ਮੁੰਡੇ ਦੇ ਪੇਟ 'ਚ। ਪੇਟ 'ਚ? ਹਾਂਜੀ। ਕਿੰਨੇ ਫਾਇਰ ਹੋਏ? ਸਿਰ 'ਚ ਫਾਇਰ ਦੋ ਤਿੰਨ ਹੋਏ ਹੋਊਗੇ ਮੇਰੇ। ਨਾਮ ਕੀ ਨਾਮ ਹੈ ਜਿਹੜੀ ਗੋਲੀ ਲੱਗੀ ਹੈ? ਮਨੂ ਆ। ਉਹਦੇ ਮਗਰ ਜਿਹੜੀਆਂ ਗੋਲੀਆਂ ਚੱਲੀਆਂ ਜੀ, ਕਿਹੜੀ ਜਗ੍ਹਾ ਚੱਲੀਆਂ? ਗਾਂਧੀ ਨਗਰ ਮੇਨ ਮਾਰਕੀਟ ਹੈਗੀ ਆ, ਇੱਥੇ ਕੋਈ ਮਨੀਸ਼ ਨਾਂ ਦਾ ਲੜਕਾ ਹੈਗਾ, ਪਤਾ ਲੱਗਿਆ ਵੀ ਉਹਦੇ ਨਾਲ ਕੋਈ ਝਗੜਾ ਹੋਇਆ ਸੀਗਾ ਕਿਸੇ ਪਾਰਟੀ ਦਾ, ਉਹਨਾਂ ਦੇ ਨਾਲ ਉਹਨਾਂ ਨੇ ਆ ਕੇ ਸੱਟਾਂ ਮਾਰੀਆਂ। ਕੀ ਸਰ ਮਾਰਿਆ? ਕੀ ਕਾਰਨ ਕੀ ਹੈ, ਕਿਉਂ ਝਗੜਾ ਕਿਉਂ? ਇਹ ਹਲੇ ਕਲੀਅਰ ਨਹੀਂ ਹੋਇਆ ਜੀ, ਹਲੇ ਵੈਰੀਫਾਈ ਕਰ ਰਹੇ। ਜਿਨ੍ਹਾਂ ਨੇ ਸਰ ਫਾਇਰ ਕੀਤੇ ਕਿੰਨੇ ਜਣੇ ਸੀਗੇ? ਹਲੇ ਇਹਦੇ ਮੌਕੇ 'ਤੇ ਵੈਰੀਫਾਈ ਕਰ ਰਹੇ ਹਾਂ ਜੀ ਆ ਕੇ। ਕਿੰਨੇ ਫਾਇਰ? ਕਿੰਨੇ ਸਰ ਪਤਾ ਲੱਗੇ ਜਾਣੇ? ਫਾਇਰ ਦਾ ਹਲੇ ਕਲੀਅਰ ਨਹੀਂ ਹੈ ਜੀ, ਇੱਕ ਜਾਂ ਦੋ ਹੋਏ। ਸਰ ਆਏ ਕਾਹਦੇ ਕਿਸ ਤਰ੍ਹਾਂ? ਇਹ ਪੈਦਲ ਆਏ ਸੀ। ਪੈਦਲ ਆਏ ਜੀ? ਹਾਲੇ ਕਿਸ ਤਰ੍ਹਾਂ? ਹਾਂਜੀ ਨੌਜਵਾਨ ਦੀ ਹਾਲਤ ਕੀ ਸੀ? ਨੌਜਵਾਨ ਸਰ DMC ਲੈ ਕੇ ਗਏ ਆ ਜੀ ਉੱਥੇ। ਗੋਲੀ ਲੱਗੀ ਸਰ? ਹਾਂਜੀ। ਸਰ ਕਿੰਨੇ ਫੱਟੇ ਹੋਏ? ਨਹੀਂ ਹਲੇ ਕਲੀਅਰ ਨਹੀਂ ਹੋਇਆ ਜੀ, ਵੈਰੀਫਾਈ ਕਰ ਰਹੇ ਹਾਂ। ਕਿੰਨੇ ਫੱਟੇ ਹੋਏ? ਹਾਂਜੀ ਕਿੰਨੇ ਬੰਦੇ ਲੱਗੇ? ਫਿਲਹਾਲ ਤਾਂ ਇੱਕੋ ਦੀ ਹੈ ਜੀ। ਸਰ ਕੋਈ CCTV ਚੈੱਕ ਕਰ ਰਹੇ ਹਾਂ ਸਰ, ਆ ਕੇ ਚਲੇ ਦੇਖੀਏ। Subscribe to our YouTube channel News DNN by clicking the bell icon. Don't forget to like, comment and share.